ਅਗੇ ਦੱਸਦੀ ਹੈ ਕਿ ਕਾਫੀ ਦਿਨਾਂ ਤੋਂ ਪੰਜਾਬ ਦੀ ਸਿਆਸਤ ਜਿਸ ਤਰ੍ਹਾਂ ਪੱਕੀ ਹੋਈ ਆ ਔਰ ਸਭ ਤੋਂ ਜ਼ਿਆਦਾ ਸੁਰਖੀਆਂ ਦੇ ਵਿੱਚ ਇਸ ਵੇਲੇ ਰਹਿ ਰਹੀ ਹੈ ਸਿੱਧੂ ਜੋੜੀ। ਜੀ ਹਾਂ, ਸਿੱਧੂ ਜੋੜੀ ਨੇ ਜਿਵੇਂ ਹੀ ਇਸ਼ਾਰਾ ਕਰ ਦਿੱਤਾ, ਸੰਕੇਤ ਦੇ ਦਿੱਤੇ ਨੇ। ਖਾਸ ਤੌਰ 'ਤੇ ਨਵਜੋਤ ਸਿੰਘ ਸਿੱਧੂ ਨੇ ਕਹਿ ਦਿੱਤਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਉਹ ਆ ਰਹੇ ਨੇ ਅਤੇ ਜਲਦੀ ਹੀ ਉਹ ਆਮ ਆਦਮੀ ਪਾਰਟੀ ਦਾ ਝਾੜੂ ਫੜਨਗੇ। ਨਵਜੋਤ ਸਿੰਘ ਸਿੱਧੂ ਸਟਾਰ ਚੋਣ ਪ੍ਰਚਾਰਕ ਹੋਣਗੇ, ਜਦਕਿ ਨਵਜੋਤ ਕੌਰ ਸਿੱਧੂ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਦਾ ਚਿਹਰਾ ਹੋ ਸਕਦੇ ਨੇ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਨਵਜੋਤ ਕੌਰ ਸਿੱਧੂ ਮੁੱਖ ਮੰਤਰੀ ਦੇ ਚਿਹਰੇ ਦੇ ਵਜੋਂ ਜਾਂ ਉਪ ਮੁੱਖ ਮੰਤਰੀ ਚਿਹਰੇ ਦੇ ਵਜੋਂ ਅੱਗੇ ਆਮ ਆਦਮੀ ਪਾਰਟੀ ਲਿਆ ਸਕਦੀ ਹੈ। ਹਾਲਾਂਕਿ ਵਿਰੋਧੀ ਧਿਰਾਂ ਨੂੰ ਇਹ ਗੱਲ ਪਚ ਨਹੀਂ ਰਹੀ, ਸਭ ਤੋਂ ਜ਼ਿਆਦਾ ਕਾਂਗਰਸ ਨੂੰ, ਕਿਉਂਕਿ ਕਾਂਗਰਸ ਨੇ ਸਿੱਧੂ ਜੋੜੀ ਨੂੰ ਨਿਉਤਾ ਦਿੱਤਾ ਸੀ ਆਪਣੀ ਪਾਰਟੀ ਦੇ ਵਿੱਚ ਆਉਣ ਦਾ। ਇਸ ਲਈ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਨਵਜੋਤ ਕੌਰ ਸਿੱਧੂ ਅਤੇ ਨਵਜੋਤ ਸਿੰਘ ਸਿੱਧੂ ਨਾਲ ਆਮ ਆਦਮੀ ਪਾਰਟੀ ਧੋਖਾ ਕਰ ਰਹੀ ਹੈ। ਇਹਨੇ ਇਹ ਗੱਲ ਕਹੀ ਹੈ ਕਿ ਤਿੰਨੋਂ ਬੰਦੇ ਜਿਹੜੇ ਨੇ, ਜੋ ਤਿੰਨੇ ਬੰਦੇ ਉਹਨਾਂ ਨੇ, ਉਹ ਤਿੰਨੋਂ ਬੰਦੇ ਆ ਕੇ ਕਾਂਗਰਸ ਫੈਮਿਲੀਜ਼ ਤੋਂ ਬਿਲੋਂਗ ਕਰਦੇ ਨੇ, ਆਉਣਾ ਹੈ ਉਹਨਾਂ ਨੇ, ਦੇ ਦੇ ਮੋਸਟ ਵੈਲਕਮ। ਨਹੀਂ ਆਉਣਾ, ਜਿੱਦਣ ਮਰਜ਼ੀ ਜਾਏ, ਆਪਣਾ ਆਪਣਾ ਆਪਣੀ ਸੋਚ ਹੈ, ਵੀ ਹੈਵ ਨਥਿੰਗ ਟੂ ਸੇ, ਬਟ ਹਿਜ਼ ਫੈਮਿਲੀ ਹੈਜ਼ ਬੀਨ ਅ ਨੋਨ ਕਾਂਗਰਸ ਫੈਮਿਲੀ, ਬੁਲਾਰੀਆ ਫੈਮਿਲੀ ਇਜ਼ ਨੋਨ ਕਾਂਗਰਸ ਫੈਮਿਲੀ, ਆਪਣਾ ਜਿਹੜੇ ਹਾਕੀ ਵਾਲੇ ਨੇ ਉਹ ਪ੍ਰਗਟ, ਉਹਨਾਂ ਉਹ ਵੀ ਓਲਡ ਫੈਮਿਲੀ ਹੈ, ਉਹ ਸਰਦਾਰ ਦਰਬਾਰਾ ਸਿੰਘ ਦੀ ਫੈਮਿਲੀ ਨੂੰ ਬਿਲੋਂਗ ਕਰਦੇ ਨੇ, ਸੋ ਦੇ ਆਰ ਓਲਡ ਕਾਂਗਰਸ ਓਲਡ ਫੈਮਿਲੀ। ਦੈਟ ਇਜ਼ ਉਸ ਕੰਟੈਕਸ ਮੈਂ ਕਿਹਾ ਸੀ, ਇਹ ਤੋਂ ਕਟਡਾਊਨ ਕਿਉਂ ਕੀਆ ਹੈ, ਆਪਣੇ ਵਾਸਤੇ ਕਟਡਾਊਨ ਕੀਆ ਹੈ, ਉਹ ਆਪ ਬਣਨਾ ਚਾਹ ਰਹੇ ਹੈ ਚੀਫ ਮਿਨਿਸਟਰ ਪੰਜਾਬ ਕਾ। ਸਿੱਧੂ ਕੋ ਤੋ ਐਸੇ ਵਿਚਾਰੇ ਕੋ ਪਹਿਲੇ ਰਿਜ਼ਾਈਨ ਕਰਵਾ ਦਿਆ, ਮੈਂ ਕਿਆ ਕਰਾ, ਮਾਲੂਮ ਹੈ ਨਾ ਕਿਆ ਕਹਾ ਉਸਨੇ, ਉਸਨੇ ਕਹਾ ਕਿ ਆਪ ਜਿਸ ਦਿਨ ਰਿਜ਼ਾਈਨ ਕਰੋਗੇ ਉਸੀ ਪ੍ਰੈਸ ਕਾਨਫਰੰਸ ਮੈਂ ਮੈਨੇ ਆਪਕੋ ਚੀਫ ਮਿਨਿਸਟਰ ਕੈਂਡੀਡੇਟ ਅਨਾਊਂਸ ਕਰ ਦੇਣਾ ਹੈ। ਉਹ ਸੁਬਹੇ ਕੇ ਟਾਈਮ ਇਸਨੇ ਉਹਨੂੰ ਕਨਫਰਮ ਕਰ ਦਿਆ ਕਿ ਮੈਂ ਤੇਰੀ ਪ੍ਰੈਸ ਕਾਨਫਰੰਸ ਮੈਂ ਨਹੀਂ ਆ ਰਹਾ, ਕਿਸੇ ਨੇ ਪੜ੍ਹਾ ਦਿਆ ਹੋਗਾ ਉਸਕੋ ਕੁਛ, ਔਰ ਸਿੱਧੂ ਨੇ ਜਾ ਕੇ ਰਿਜ਼ਾਈਨ ਕਰ ਦਿਆ। ਐਂਡ ਹੀ ਇਜ਼ ਅਬ ਕਿਆ ਕਿਉਂ, ਕਿਉਂਕਿ ਉਹ ਆਪ ਬਣਨਾ ਚਾਹ ਰਿਹਾ ਪੰਜਾਬ ਕਾ ਚੀਫ ਮਿਨਿਸਟਰ ਕੇਜਰੀਵਾਲ।